ਵਧੀਆ ਗੁੱਡੀਏ ਫਿਰ ਕਿਆਰੀਆਂ ਆਜੋ ਸਬਜ਼ੀ ਸੁਬਜ਼ੀ ਲਾ ਲਈਏ ਸਬਜ਼ੀਆਂ ਤੋਂ ਬਿਨਾਂ ਗੁਜ਼ਾਰਾ ਨਹੀਂ ਹੋਣਾ ਟਾਈਮ ਪਾਸ ਤਾਂ ਕਰਨਾ ਹੀ ਆ ਕਿਸੇ ਨਾ ਕਿਸੇ ਤਰੀਕੇ ਆਪਾਂ ਇੱਦਾਂ ਹੀ ਕਰ ਲਈਏ ਆ ਜਾ ਪ੍ਰਭ ਆ ਜਾ ਕਰੀਏ ਕੰਮ ਆ ਗੁੱਡੀਏ ਕਿਆਰੀਆਂ ਸਬਜ਼ੀ ਸੁਬਜ਼ੀ ਲਾਈਏ ਟਾਈਮ ਪਾਸ ਨਹੀਂ ਹੋਣ ਡਿਆ ਸਾਰਾ ਦਿਨ ਉਤਰਾ ਹੈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵਿਹਲੇ ਹਾਂ ਅਤੇ ਕਿਆਰੀ ਸ਼ਾਮਾਂ ਪੈ ਗਈਆਂ ਕਿਆਰੀ ਗੋਡੀਏ ਮੇਰਾ ਇਰਾਦਾ ਥੋੜ੍ਹੀਆਂ ਬਹੁਤੀਆਂ ਸਬਜ਼ੀਆਂ ਲਾਈਏ ਵਾਹਵਾ ਦਿਨ ਹੋ ਗਏ ਮੀਂਹ ਪੈਣ ਡਿਆ ਇਹਦੇ ਵੱਤਰ ਜਿਹਾ ਬਣਿਆ ਵਾ ਹੁਣ ਲਾਉਂਦੇ ਆਪਾਂ ਸਬਜ਼ੀਆਂ ਕਿਉਂਕਿ ਸਬਜ਼ੀ ਤੋਂ ਬਿਨਾਂ ਸਿਉਤਰ ਨਹੀਂ ਆਉਣਾ ਅਤੇ ਬਾਹਰ ਜਿਹੜੇ ਘੜੋਕਿਆਂ ਵਾਲੇ ਅਤੇ ਰੇਹੜੀਆਂ ਵਾਲੇ ਸਬਜ਼ੀਆਂ ਵੇਚਣ ਡੇ ਮਹਿੰਗੀਆਂ ਅਤੇ ਆਪਾਂ ਆਪਦਾ ਘਰ ਦਾ ਹੀ ਜੁਗਾੜ ਲਾਈਏ ਫਿਰ ਹੀ ਕੰਮ ਸੂਤਰ ਆਉਣਾ ਵਾ ਕਰੀਏ ਆਪਾਂ ਕੰਮ ਸਟਾਰਟ ਆਪਣਾ ਉਹ ਮੁੰਡਾ ਲੱਗਾ ਬਈ ਬੱਲੇ ਬੱਲੇ ਕਿੱਦਾਂ ਖਿੱਚੀ ਆਉਣਾ ਕੰਮ ਚੱਲ ਵਧੀਆ ਵਧੀਆ ਮੈਂ ਅੱਗੇ ਸੋਚਣ ਡਿਆ ਮੈਂ ਕੰਮ ਆਪਣਾ ਵਾਹਵਾ ਪਿਆ ਵਾ ਤੇ ਚੱਲ ਚੰਗਾ ਕੀਤਾ ਹਾਂ ਮੈਂ ਤੇ ਆ ਹੀ ਗਿਆ ਫਿਰ ਹੁਣ ਮੈਨੂੰ ਤੇ ਇਹਦੇ ਨਾਲ ਦੋ ਹੱਥ ਕਰਨੇ ਪੈਣਗੇ ਵਿਚਾਰੀ ਨਾਲ ਕਰਮ ਵਾਲੀ ਨਾਲ ਸਰੀਰ ਇਹਨੇ ਬਣਾਉਣੇ ਆਪਣੇ ਕਈ ਨੇ ਕਈ ਨਾਲ ਬਣਨੀਆਂ ਗੱਲਾਂ ਚਲੋ ਠੀਕ ਆ ਆ ਫਿਰ ਗੋਡੀਏ ਕਹਿ ਰਹੀ ਹੁਣ ਹੈ ਥੋੜ੍ਹੀ ਰਹਿ ਗਈ ਕਿਆਰੀ ਹੈ ਥੋੜ੍ਹਾ ਥੋੜ੍ਹਾ ਗਿੱਲਾ ਵਾ ਥਾਂ ਬੱਤਰ ਜਿਹਾ ਅਜੇ ਪੂਰਾ ਨਹੀਂ ਬਣਿਆ ਕੋਈ ਨਹੀਂ ਤਿੰਨ ਚਾਰ ਗੋਡੀਆਂ ਦਿੰਦੇ ਬਣ ਜੂਗੀ ਗੱਲ ਲੱਗੇ ਆਉਣਾ ਪਸੇਜੇ ਸਿੱਜੇ ਆਹ ਤੂੰ ਲਾਹ ਘੜੀ ਡੈਡੀ ਹੈਗੀ ਆ ਡੈਡੀ ਲਾ ਲਈ ਉਹ ਉੱਧਰ ਗੋਡਨ ਡੇ ਕੱਲ ਲੱਗੇ ਰਹੇ ਕੱਲ ਗੱਲ ਨਹੀਂ ਬਣੀ ਥਾਂ ਥੋੜ੍ਹਾ ਜਿਹਾ ਨਾ ਸਿੱਲਾ ਜਿਹਾ ਹੀ ਬੱਤਰ ਜਿਹਾ ਨਹੀਂ ਹੈਗਾ ਤਿੰਨ ਚਾਰ ਗੋਡੀਆਂ ਕੱਲ ਦਿੱਤੀਆਂ ਅਤੇ ਅੱਜ ਥੋੜ੍ਹਾ ਕਿਆਰੀਆਂ ਕੁਰੀਆਂ ਪਾ ਕੇ ਮੇਰਾ ਉੱਧਰ ਲਾਈਏ ਭਿੰਡੀਆਂ ਹੈ ਨਾ ਸੂਤਰ ਜਿਹਾ ਨਹੀਂ ਆਉਣਾ ਉਸ ਤਰ੍ਹਾਂ ਕੰਮ ਅੱਜ ਬਣ ਗਈ ਪੈਲੀ ਵਧੀਆ ਆਵੇ ਬਰੀਕ ਹੋ ਗਈ ਵਾਹਵਾ ਮਿੱਠੀ ਕਿ ਨਹੀਂ ਆਵੇ ਹੁੰਦੀ ਜਾਂਦੀ ਬਰੀਕ ਹੁਣ ਬਣੂਗੀ ਗੱਲ ਇਹ ਲਾ ਕੇ ਫਿਰ ਆਪਣੀਆਂ ਮੂਲੀਆਂ ਵਾਲੀਆਂ ਵੀ ਤਿਆਰ ਹੁੰਦੀਆਂ ਜਾਂਦੀਆਂ ਹੈ ਨਾ ਧਨੀਆ ਧੁਨੀਆ ਸਾਰਾ ਕੁਛ ਗੰਡੇ ਸਬਜ਼ੀਆਂ ਸਾਰੀਆਂ ਹੀ ਆਪਾਂ ਲਾਈਆਂ ਨਿੱਕੀਆਂ ਨਿੱਕੀਆਂ ਥੋੜ੍ਹਾ ਥੋੜ੍ਹਾ ਜ਼ਰੂਰਤ ਦੇ ਨਾਲ ਸਾਰੀਆਂ ਹੀ ਹੈਗੀਆਂ ਨਜ਼ਾਰਾ ਆਪਦਾ ਘਰ ਦਾ ਸਾਰਾ ਸਮਾਨ ਕਿ ਨਹੀਂ ਵਧੀਆ ਬਣ ਜਾਂਦੀ ਗੱਲ ਕਿਉਂਕਿ ਮੀਆਂ ਨੇ ਜ਼ਿਆਦਾ ਕੰਮ ਜਿਹਾ ਖਰਾਬ ਕੀਤਾ ਨਹੀਂ ਤਾਂ ਕੰਮ ਬੜਾ ਸੁਧਰੇ ਸੀ ਕੁਛ ਸਬਜ਼ੀਆਂ ਮਰ ਮੁੜ ਜੇ ਗਈਆਂ ਆਹ ਮਿਰਚਾਂ ਵੀ ਨਹੀਂ ਅਜੇ ਵਧਣ ਦੀਆਂ ਚੱਜ ਨਾਰਾਂ ਨੂੰ ਪਿਆ ਹੀ ਹੈ ਵਧੀਆ ਨਾ ਬਣੂਗੀ ਗੱਲ ਅਭੀ ਧਨੀਆ ਜੀ ਧਨੀਆ ਵਾਹਵਾ ਬੀਜਿਆ ਆ ਕੀ ਚੀਜ਼ ਆ ਲਾਚੀਆਂ ਲਾਚੀਆਂ ਅੱਛਾ ਨਿੱਕੀ ਲਾਚੀ ਲਾਤੀ ਵੇਖ ਲਾ ਨਹੀਂ ਇਹਦੇ ਵਿੱਚ ਕਿੱਦਾਂ ਲਾਚੀ ਹੋਊਗੀ ਕੁੱਤੇ ਲੱਗੂਗੀ ਕਿ ਜਦੋਂ ਹੋਊਗੀ ਵੱਡਾ ਹੋਊਗਾ ਬੂਟਾ ਇਹਨਾਂ ਦੇ ਵਿੱਚ ਫੁੱਲ ਦੇ ਵਿੱਚ ਲਾਚੀਆਂ ਲੱਗਣਗੀਆਂ ਚਲੋ ਵਧੀਆ ਆ ਨਿੱਕਾ ਜਿਹਾ ਨਿੰਬੂ ਲੱਗਾ ਆ ਦੇਖੋ ਹੋਰ ਆਪਾਂ ਗਾਂ ਵੇਣੇ ਜੇ ਕੋ ਦਿਨ ਤੇ ਆਹ ਮੂਲੀ ਵਾਹ ਮੋਟੀ ਸੀ ਮੂਲੀ ਆ ਵੀ ਅਮਰੂਦ ਇੱਕ ਇਹ ਅਮਰੂਦ ਆ ਦੋ ਉੱਧਰ ਵਾ ਅਤੇ ਇੱਕ ਆ ਸਾਹਮਣੇ ਜਿਹੜਾ ਆਹ ਵਾਲਾ ਦਿਸ ਰਿਹਾ ਵਾ ਇਹ ਮਰੂਦ ਹੈ
ਆ ਸਾਹਮਣੇ ਵਾਲਾ ਅਮਰੂਦ ਇਹ ਫਿਰ ਏਦਾਂ ਹੀ ਕੰਮ ਚੱਲਦਾ ਨਾ ਚਾਰ ਕੇੜਾਂ ਪਾਤੀਆਂ ਹੁਣ ਇਹਨਾਂ ਚ ਲਾਈਏ ਆਪਾਂ ਭਿੰਡੀਆਂ ਹੈ ਕੰਮ ਹੋ ਗਿਆ ਕੰਪਲੀਟ ਹੁਣ ਇਹਦੇ ਵਿੱਚ ਬੀਜ ਲਾਈਏ ਆਪਾਂ ਡੈਡੀ ਲਿਆ ਫਿਰ ਲਾਈਏ ਬੀਜ ਖੇਲੀਆਂ ਪਾ ਕੇ ਕੰਮ ਕਰਤਾ ਕੰਪਲੀਟ ਉੱਤੋਂ ਬੱਦਲ ਵੀ ਪੂਰੇ ਛਾ ਗਏ ਆ ਰੱਬ ਮੌਸਮ ਫਿਰ ਵਿਗਾੜਨ ਨੂੰ ਫਿਰਦਾ ਦੇਖੋ ਕੀ ਕਰਦਾ ਹੈ ਇਹਨੂੰ ਫਿਰ ਕਰ ਦਿੰਦੇ ਥੋੜ੍ਹੀ ਥੋੜ੍ਹੀ ਚੁੱਕ ਦਿੰਦੇ ਤਾਂ ਅਤੇ ਦੇਖੋ ਹੁਣ ਰੱਬ ਕੀ ਕਰਦਾ ਅਸੀਂ ਤਾਂ ਮਿਹਨਤ ਕਰਤੀ ਆ ਆਪਦੀ ਬੀਜ ਲਾ ਤੇ ਬਾਕੀ ਰੱਬ ਦੇ ਹੱਥ ਵਸ ਦੇਖੋ ਮਿਰਚਾਂ ਨੇ ਵੀ ਗੋਡੀ ਦੇ ਦਿੱਤੀ ਆ ਕੱਲ੍ਹ ਦਿੱਤੀ ਥੋੜ੍ਹੀ ਥੋੜ੍ਹੀ ਗੋਡੀ ਇੱਧਰ ਆਪਣੀ ਰੂੜੀ ਰੂੜੀ ਦੇ ਬਹੁਤ ਜ਼ਿਆਦਾ ਫਾਇਦੇ ਆ ਰੂੜੀ ਜਿਹੜੀ ਆ ਹੁਣ ਆਪਾਂ ਜਿੰਨੀ ਜਮ੍ਹਾਂ ਹੋ ਗਈ ਜਦੋਂ ਗਾਂ ਝੋਨੇ ਦਾ ਸੀਜ਼ਨ ਚੱਲਣਾ ਫਿਰ ਆਪਾਂ ਪੈਲੀਆਂ ਦੇ ਵਿੱਚ ਖਿਲਾਰਨੀ ਇਹਦੇ ਬੜੇ ਫਾਇਦੇ ਆ ਬਹੁਤ ਖਾਦ ਦਵਾਈ ਦਾ ਕੰਮ ਕਰਦੀ ਆ ਅਤੇ ਫਸਲ ਵਧੀਆ ਹੁੰਦੀ ਇਹਦੇ ਨਾਲ ਬਾਕੀ ਚਲੋ ਜੋ ਮਾਲਕ ਦੀ ਮਰਜ਼ੀ ਆ ਉਹੀ ਹੋਣਾ ਜੀ ਅਤੇ ਇੱਦਾਂ ਵਾ ਕਿ ਹੁਣ ਆਪਾਂ ਅੱਜ ਦਾ ਕੰਮ ਕਰ ਲਿਆ ਕੰਪਲੀਟ ਸ਼ਾਮਾਂ ਪੈ ਗਈਆਂ ਵਾ ਹੁਣ ਮਾਲ ਡੰਗਰ ਨੂੰ ਪਾਣੀ ਲਾਉਣੇ ਅਤੇ ਪੱਠੇ ਪੁੱਠਿਆਂ ਦਾ ਵੇਹਦੇ ਹਾਂ ਗਾਵਾਂ ਨੂੰ ਚੋਵਾਂਗੇ ਧਾਰਾਂ ਕੱਢਾਂਗੇ ਬਾਕੀ ਸਾਰੇ ਕੰਮ ਹੋ ਚੁੱਕੇ ਅੱਜ ਦੇ ਬਾਕੀ ਵੀਡੀਓ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦੀ ਹੈ ਤਾਂ ਲਾਈਕ ਕਰੋ ਜੀ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ ਜਿਹੜਾ ਸਾਡਾ ਹੌਂਸਲਾ ਬਣਿਆ ਰਹੇ ਅਤੇ ਤੁਹਾਨੂੰ ਇੱਦਾਂ ਹੀ ਪਿਆਰ ਦਿੰਦੇ ਰਹੇ ਜੀ ਤੁਸੀਂ ਵੀ ਸਾਨੂੰ ਪਿਆਰ ਦਿੰਦੇ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣਾ ਬਲਜੀਤ ਸਿੰਘ ਓਕੇ ਜੀ ਥੈਂਕ ਯੂ